अमृतसर के साथ लगते गांव कोहाली के रहने वाले वरिंदर सिंह के ऊपर उनके ही रिश्तेदारों ने जानलेवा हमला किया, जिसके बाद उन्हें तुरंत हॉस्पिटल में दाखिल करवाया गया। ਮਾਮਲਾ ਭਾਜੀ ਦਾ 6 ਮਹੀਨਿਆਂ ਦਾ ਚੱਲਣ ਡਿਆ। ਪਹਿਲਾਂ ਤਾਂ ਸਾਡੀ ਘੜੀ 'ਤੇ ਕਬਜ਼ਾ ਕੀਤਾ ਇਹਨਾਂ ਨੇ, ਧੱਕੇ ਨਾਲ ਕਬਜ਼ਾ ਕਰਨ ਡਿਆ ਸੀ, ਕਰਨ ਨਹੀਂ ਉਸ ਤਰ੍ਹਾਂ ਦਿੱਤਾ ਜੀ ਕਿਤੇ। ਮੈਂ ਪੈਲੀ 'ਚ ਉਸ ਤਰ੍ਹਾਂ ਹੀ ਪਈ ਹੈ ਅਤੇ ਸਾਡੇ ਰੇਹ ਪਈ ਸੀ, ਰੂੜੀ ਪਈ ਅਸੀਂ ਪੈਲੀ ਦੇ ਬੰਨੇ 'ਤੇ ਲਾਉਣ ਡਿਆ, ਸੜਕ ਦੇ ਸਾਈਡ 'ਤੇ ਇੱਕ ਕੱਤੇ ਜਾਂ ਸਾਈਡ 'ਤੇ ਲਾ ਉਹਨੇ। ਦੋ ਟਰਾਲੀਆਂ ਨਾਲ ਲਾਏ, ਉਦੋਂ ਇਹਨਾਂ ਕੁਛ ਨਹੀਂ ਕਿਹਾ। ਜਦੋਂ ਦੂਜੀਆਂ ਦੋ ਟਰਾਲੀਆਂ ਲੈ ਕੇ ਗਏ ਤਾਂ ਮੁੰਡਾ ਟਰੈਕਟਰ 'ਤੇ ਨਾਲ ਬੈਠਾ, ਟਰਾਲੀ ਵਾਲੇ ਦੇ ਇਹ ਟਰੈਕਟਰ 'ਤੇ ਜਾਣ ਡਿਆ, ਪਿਓ ਇਹਦਾ ਮੋਟਰਸਾਈਕਲ 'ਤੇ ਜਾਣ ਡਿਆ। ਇਹਨਾਂ ਮੋਟਰਸਾਈਕਲ ਸਜੇ ਅਜੇ ਕੀਤਾ ਹੀ ਆ ਪੈਲੀ ਦੇ ਲਾਗੇ ਜਾ ਕੇ, ਉਹ ਤਿੰਨੇ ਜਣੇ ਆ ਕੇ ਇਹਦੇ ਪਿਓ ਨੂੰ ਪੈ ਗਏ ਆ। ਜਦੋਂ ਤਿੰਨੇ ਪਿਓ ਨੂੰ ਇਹਦੇ ਨੂੰ ਪੈ ਗਏ, ਉਹਨਾਂ ਇਹਨੂੰ ਢਾ ਕੇ ਅਤੇ ਉੱਤੇ ਡਾਂਗਾ ਕਰਤਾ ਨਾਲ ਮਾਰ ਲੱਗ ਪਏ ਆ। ਇਹਨੇ ਭੱਜ ਕੇ ਆ ਕੇ ਅਤੇ ਆਪਣੇ ਪਿਓ ਨੂੰ ਛਡਾਉਣ ਲੱਗਾ। ਉਹਨੇ ਇੱਕ ਮੁੰਡੇ ਦੇ ਪਹਿਲਾਂ ਵਾਲ ਤੋਂ ਇਹਨੂੰ ਫੜ ਕੇ ਧੂਕੇ ਪਿਛਾਂ ਸੁੱਟ ਲਿਆ ਵਾ, ਅਤੇ ਦੂਜੇ ਦੋਵੇਂ ਪਿਓ ਪੁੱਤ ਹਾਕੀਆਂ ਅਤੇ ਕਿਰਪਾਨਾਂ ਅਤੇ ਦਾਤਰ, ਫਿਰ ਉਹ ਆਪਣੇ ਮਾਰ ਲੱਗ ਪਏ। ਮੁੜ ਕੇ ਤੀਜਾ ਵੀ ਨਾਲ ਫੜ ਲਈ ਉਹਨੇ ਵੀ, ਪਹਿਲਾਂ ਦੇ ਦਾ ਸਿਰ ਫੇਹਾ ਦਾ, ਫਿਰ ਉਹਦਾ ਪਹਿਲਾਂ ਪੁੱਠਾ ਮਾਰਦੇ, ਫਿਰ ਮੁੜ ਕੇ ਸਿੱਧੀਆਂ ਮਾਰੀਆਂ ਲੱਤਾਂ ਬਾਹਾਂ, ਕੋਈ ਉਹਨੇ ਹਾਲ ਹੀ ਨਹੀਂ ਛੱਡਿਆ ਮੁੰਡੇ ਦਾ ਕੁੱਟ ਕੁੱਟ ਕੇ, ਅਤੇ ਉਹਨੇ ਉੱਤੇ ਲੰਮੇ ਪੈ ਪੈ ਕੇ ਆਪਣਾ ਮੁੜ ਕੇ ਪੁੱਤ ਬਚਾਇਆ।